ਤੁਸੀਂ ਇਹ ਘਰ ਹੀ ਬਣਾ ਸਕਦੇ ਹੋ ਤੁਹਾਨੂੰ ਲੋੜ ਪਏਗੀ ਇੱਕ ਟੋਸਟਰ ਦੀ ਅਤੇ 30 ਸੈਂਟੀਮੀਟਰ ਚੌੜੇ ਤੇ 60 ਸੈਂਟੀਮੀਟਰ ਲੰਬੇ ਇੱਕ ਪਤਲੇ ਲਿਫਾਫੇ ਦੀ ਦੋ ਵਰਟੀਕਲ ਲੰਬੀਆਂ ਤਾਰਾਂ ਟੋਸਟਰ ਨਾਲ ਤੇ ਟੋਸਟਰ ਤੇ ਜੋੜੋ ਜੋ ਬੈਗ ਨੂੰ ਫੜ ਸਕਣ ਟੋਸਟਰ ਦੀ ਕੋਇਲ ਜਲਣ ਲੱਗ ਜਾਏਗੀ ਟੋਸਟਰ ਨੂੰ ਔਨ ਕਰਦਿਆਂ ਹੀ ਟੋਸਟਰ ਦੀ ਕੋਇਲ ਜਲਣ ਲੱਗ ਜਾਏਗੀ ਤੇ ਗਰਮ ਹਵਾ ਉੱਪਰ ਨੂੰ ਆਏਗੀ ਹੁਣ ਇੱਕ ਪਤਲੇ ਬੈਗ ਨੂੰ ਇਹਨਾਂ ਤਾਰਾਂ ਉੱਤੇ ਰੱਖੋ ਅਤੇ ਟੋਸਟਰ ਔਨ ਕਰੋ ਥੋੜ੍ਹੇ ਟਾਈਮ ਬਾਅਦ ਤੁਸੀਂ ਦੇਖੋਗੇ ਕਿ ਗਰਮ ਹਵਾ ਬੈਗ ਵਿੱਚ ਭਰ ਰਹੀ ਹੈ ਅਤੇ ਉਹ ਗੋਲ ਆਕਾਰ ਲੈ ਚੁੱਕਿਆ ਹੈ ਇਸ ਨੂੰ ਤੁਸੀਂ ਆਪਣੇ ਹੱਥਾਂ ਨਾਲ ਫੜ ਲਵੋ ਨਹੀਂ ਤਾਂ ਹਵਾ ਵਿੱਚ ਉੱਡਣ ਲੱਗੇਗਾ ਇਸ ਦਾ ਦੁਬਾਰਾ ਅਭਿਆਸ ਕਰਕੇ ਇਹ ਕਲਾਸਰੂਮ ਵਿੱਚ ਵੀ ਆਸਾਨੀ ਨਾਲ ਦਿਖਾਇਆ ਜਾ ਸਕਦਾ ਹੈ